ਸਤਿ ਸ੍ਰੀ ਅਕਾਲ ਜੀ, ਕਿਵੇਂ ਆ ਲੜਾਕੂ ਦੇਵੀ? ਅੱਛਾ ਲੜਾਕੂ ਦੇਵੀ, ਹੁਣ ਤੁਸੀਂ ਮੇਰੇ ਨਾਲ ਲੜੇ ਨਾ, ਮੈਂ ਛੱਡ ਛੜਾ ਕੇ ਭੱਜ ਜਾਣਾ, ਆਪਣੇ ਪੇਕੇ ਚੱਲ ਜਾਣਾ। ਯਾਰ ਤੈਨੂੰ ਪਤਾ ਮੇਰੇ ਦਿਲ ਤੇ ਕੀ ਬੀਤਦੀ ਆ? ਕੀ ਬੀਤੀ ਹੈ? ਤੂੰ ਹਰ ਵੇਲੇ ਡਾਇਲੌਗ ਮਾਰ ਦਿੰਦੀ ਆ, ਹਾਂ ਜਾਨੀ ਤੂੰ ਹੈ ਨਹੀਂ, ਥੱਪੜ ਮਾਰ ਜਦ ਜਾ ਵੀ ਟਿਕਟ ਬੁੱਕ ਕਰਾ ਦੋ, ਅਭੀ ਚਲ ਜਾਤੀ। ਕੀ ਯਾਰ ਮੰਗਦੀ ਰਹਿੰਦੀ ਹੈ, ਪਤਾ ਨੀ ਕਿਆ ਤੇਰੇ ਘਰ ਦੇ ਤੈਨੂੰ ਜੋ ਸਿਖਾ ਕੇ ਕਮਾਤਾ ਭੇਜੇ? ਉਸੀ ਸੇ ਬੰਦਾ ਮੰਗਤਾ ਹੈ, ਮੈਂ ਤੋ ਕਮਾਤੀ ਨਹੀਂ, ਅਬ ਕਮਾਨੇ ਕੇ ਲਿਏ ਆਪਕੋ ਰੱਖਾ ਹੁਆ ਤੋ ਆਪ ਹੀ ਕਿਸੇ ਮੰਗੂੰਗੀ। ਕਿਆ ਰੱਖਾ ਹੁਆ, ਕਿਆ ਮਤਲਬ ਹੈ? ਰੱਖਾ ਹੀ ਹੁਆ, ਲੈ ਕੇ ਕਿਸ ਲਈ ਇੰਨੀ ਦੂਰੋਂ ਤੁਹਾਨੂੰ ਇੱਥੇ ਬਿਠਾ ਕੇ ਆਇਸ਼ ਕਰਾ ਲੂ। ਇਹ ਇੰਡੀਆ ਕੇ ਲੋਕ ਐਸੀ ਕਰਤੇ ਨਾ, ਲੇਬਰ 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 ਵੀ ਚੰਗੇ ਪਾਸੇ ਲਾਈ ਹੈ ਮੈਂ। ਇਹਨੂੰ ਚੰਗਾ ਮੇਰਾ ਇੰਡੀਆ ਵਿਆਹ ਹੋਇਆ ਹੁੰਦਾ ਨਾ। ਹਾਂ, ਨੱਕ ਪੁੰਝਣ ਦੇ ਨਿਆਣਿਆਂ ਦਾ। ਤੇ ਕਿਉਂ ਨੱਕ ਹੀ ਪੁੰਝਣਾ ਜੀ? ਹੋਰ ਇੰਡੀਆ ਵਿਆਹ ਆ ਗਿਆ ਤਾਂ ਕੀ ਕਰਦੇ, ਜਾਂ ਲੱਕੜਾ ਦਾ ਕੰਮ ਕਰਦੇ ਤੁਸੀਂ? ਕਿਉਂ ਲੱਕੜਾ ਦਾ ਕੰਮ ਕਰਦੇ? ਲੱਕੜਾ ਦਾ ਕੰਮ ਵੀ ਕਰਦੇ, ਲੱਕੜਾ ਦਾ ਕੰਮ ਮਾੜਾ, ਪੜ੍ਹਿਆ ਲਿਖਿਆ ਮੁੰਡਾ ਮੈਂ। ਕਿਸੇ ਨੇ ਨਹੀਂ ਲੈਣੀ ਸੀ ਤੁਹਾਡੇ ਤੋਂ ਲੱਕੜ, ਮੈਂ ਲੱਕੜ ਵੇਚਣੀ ਜਬਰਦਸਤੀ ਕੰਮ ਕਰਾ ਦੇਣਾ ਮੇਰੇ ਤਾਂ। ਹੈ ਯਾ ਬਿਜਲੀ ਘਰ ਮੈਂ ਲੰਘ ਜਾਤੇ, ਕਾਲੇ ਬਿਜਲੀ ਘਰ ਚ ਲੱਗਦੇ, ਕਿੱਥੇ ਕਰਦੇ ਤੁਸੀਂ? 10-15 ਮੈਂ ਆਪਣਾ ਬਿਜ਼ਨਸ ਕਰਦਾ, ਹਾਂ ਜਿਹੜਾ ਚੱਲਣਾ ਨਹੀਂ ਸੀ ਮੇਰੇ ਬਿਨਾਂ, ਆਪਣੀ ਜ਼ਰੂਰੀ ਮਸ਼ਹੂਰੀ ਕਰਨੀ ਦੀ ਵਿੱਚ। ਮੈਂ ਫਰੂਟਸ ਦੀ ਦੁਕਾਨ ਲਾਂਦਾ, ਮੈਂ ਫੁੱਲਾਂ ਦੀ ਦੁਕਾਨ। ਨਿਆਣੇ ਵੱਡੇ ਹੋ ਕੇ ਕੀ ਕਹਿੰਦੇ, ਸਾਡਾ ਪਾਪਾ ਫਰੂਟ ਵੇਚਦਾ, ਫਰੂਟ ਵਾਲਾ ਸਾਡਾ ਪਾਪਾ, ਤਾਂ ਫੇਰ ਕੀ ਹੋ ਗਿਆ? ਪ੍ਰੋਫੈਸ਼ਨ ਤੇ